ਪੂਰਾ ਕੰਟਰੋਲ ਰੂਮ ਤੁਸੀਂ ਬਣਾਇਆ ਹੋਇਆ, ਨਜ਼ਰ ਰੱਖੀ ਹੋਈ ਹੈ ਕਿ ਕਿਹੜਾ ਉਮੀਦਵਾਰ ਕਿੱਥੇ ਕਿਵੇਂ ਕੀ ਕਰ ਰਿਹਾ, ਕਿੱਥੇ ਪੋਲਿੰਗ ਬੂਥ ਹੈ, ਕਿੱਥੇ ਮਸ਼ੀਨਾਂ ਨੇ, ਤੁਸੀਂ ਦਿਖਾ ਸਕਦੇ ਹੋ ਉਹ ਨਾਲ ਚੱਲ ਕੇ ਦਿਖਾ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਹੈ ਜੀ? ਤਾਂ ਨਾਲ ਹੀ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਨਾਲ ਚੱਲਦੇ ਹਾਂ, ਸਿਵਨ ਸਾਹਿਬ ਹੋਰਾਂ ਦੇ ਨਾਲ, ਕਿ ਕਿਸ ਤਰੀਕੇ ਦਾ ਕੰਟਰੋਲ ਰੂਮ ਜਿਹੜਾ ਉਹ ਬਣਿਆ ਹੋਇਆ ਹੈ, ਕਿਉਂਕਿ ਨਜ਼ਰ ਇਸ ਵੇਲੇ ਇਲੈਕਸ਼ਨ ਕਮਿਸ਼ਨ ਨੇ ਪੂਰੀ ਰੱਖੀ ਹੋਈ ਹੈ, ਕਿਉਂਕਿ ਅਖੀਰਲੇ ਜਿਹੜੇ 24 ਘੰਟੇ ਹੁੰਦੇ ਨੇ ਉਹ ਬੇਹੱਦ ਅਹਿਮ ਤੇ ਸੈਂਸਿਟਿਵ ਤੇ ਗੰਭੀਰ ਹੁੰਦੇ ਨੇ, ਔਰ ਕਿਉਂਕਿ ਇੱਥੇ ਉਮੀਦਵਾਰ ਆਪਣੇ ਪੂਰੇ ਜਿਹੜੇ ਪ੍ਰਚਾਰ ਕਰਦੇ ਹੁੰਦੇ ਨੇ, ਲੇਕਿਨ ਇਸ ਦੇ ਨਾਲ ਨਾਲ ਕਿਸ ਤਰੀਕੇ ਦੀ ਤਿਆਰੀ ਜਿਹੜੀ ਹੈ ਉਸ 'ਤੇ ਵੀ ਉੱਤੇ ਨਜ਼ਰ ਰੱਖੀ ਹੁੰਦੀ ਹੈ। ਤਾਂ ਇਸ ਵੇਲੇ ਇੱਥੇ ਪਹੁੰਚੇ ਹਾਂ, ਤਿਆਰੀ ਜਿਹੜੀ ਹੈ ਕਿਸ ਤਰੀਕੇ ਦੇ ਨਾਲ, ਇਹ ਸਾਰੀ ਸਕ੍ਰੀਨਿੰਗ ਦੇ ਲਈ ਲਗਾਈ ਗਈ। ਹੁਣ ਕੰਟਰੋਲ ਰੂਮ ਹੈ, ਵੈਬਕਾਸਟਿੰਗ ਦਾ ਵੀ ਕੰਟਰੋਲ, ਅਸੀਂ ਟੋਟਲ ਜੋ ਫੀਡ ਹੈ ਇੱਥੇ ਆਉਂਦੀ ਹੈ, ਅਤੇ ਉਸ ਤੋਂ ਇਲਾਵਾ ਜੋ ਸਾਡੀ ਫਲਾਇੰਗ ਸਕੁਆਡ ਸਟੈਟਿਕ ਸਰਵੇਲੈਂਸ ਟੀਮਸ ਹੈ ਉਹਨਾਂ ਦੇ ਵੀ ਫੀਡ ਇੱਥੇ ਆਉਂਦੀ ਹੈ, ਅਸੀਂ 24/7 ਇੱਥੇ ਮੋਨੀਟਰ ਕਰਤਾ ਹੈ, ਕਿੱਥੇ ਵੀ ਸਾਡੀ ਉਹਦੇ ਵਿੱਚ ਨੋਟਿਸ ਦੇ ਵਿੱਚ ਲਾਉਂਦੀ ਹੈ ਕਿ ਕੋਈ ਵਾਇਲੇਸ਼ਨ ਹੋ ਰਿਹਾ, ਚਾਹੇ ਉਹ MCC ਦੀ ਵਾਇਲੇਸ਼ਨ ਹੈ, ਕਿਤੇ ਨਾਕੇ ਦੇ ਵਿੱਚ ਕੋਈ ਇਸ਼ੂਜ਼ ਆਉਂਦੀ ਹੈ, ਤਾਂ ਫਿਰ ਅਸੀਂ ਇਮੀਡੀਏਟਲੀ ਉਹਨਾਂ ਨੂੰ ਕੰਸਰਨਡ ਡਿਸਟ੍ਰਿਕਟ ਇਲੈਕਸ਼ਨ ਆਫੀਸਰ ਨੂੰ ਇੰਟੀਮੇਟ ਕਰਦੇ ਹੈ ਅਤੇ ਉਹ ਅੱਗੇ ਕਾਰਵਾਈ ਕਰਦੇ ਹੈ। ਦੂਸਰਾ ਵੀ, ਇਸ ਵਾਰ ਟੋਟਲ ਕਿੰਨੇ ਵੋਟਰ ਨੇ, ਮਹਿਲਾਵਾਂ ਲਈ ਕੀ ਕੁਛ ਖਾਸ ਹੈ, ਬਜ਼ੁਰਗਾਂ ਲਈ ਕੀ ਕੁਛ ਖਾਸ ਹੈ, ਜਿਹੜੇ ਵੋਟ ਨਹੀਂ ਪਾ ਸਕਦੇ ਜਾਂ ਜਿਹੜੇ ਜਿਨ੍ਹਾਂ ਨੂੰ ਦਿੱਕਤ ਆਉਂਦੀ ਹੈ, ਉਹਨਾਂ ਲਈ ਵੀ ਕੋਈ ਵੈਨ ਨੇ ਜਾਂ ਉਹਨਾਂ ਦੀ ਕਿਸ ਤਰੀਕੇ ਦੇ ਅਰੇਂਜਮੈਂਟ? ਟੋਟਲ ਸਾਡੀ ਜੋ ਵੋਟਰਸ ਹੈ 2 ਕਰੋੜ 14 ਲੱਖ ਹੈ, ਉਹਦੇ ਵਿੱਚ ਉਹ 1 ਕਰੋੜ 12 ਲੱਖ ਮੇਲ ਵੋਟਰਸ ਹੈ, 1 ਕਰੋੜ 1 ਲੱਖ 2 ਲੱਖ ਦੇ ਆਸ ਪਾਸ ਫੀਮੇਲ ਵੋਟਰਸ ਹੈ, ਅਤੇ ਜੋ PWD ਵੋਟਰਸ ਹੈ, ਪਰਸਨ ਵਿਦ ਡਿਸਬਿਲਿਟੀ ਪਲੱਸ 85+ ਵੋਟਰਸ, ਉਹਨਾਂ ਦੇ ਵਾਸਤੇ ਹੋਮ ਵੋਟਿੰਗ ਦਾ ਪ੍ਰਾਵਧਾਨ ਵੀ ਕੀਤੀ ਹੋਈ ਹੈ, ਅਤੇ ਉਹ ਹੋਮ ਵੋਟਿੰਗ ਹੁਣ ਖਤਮ ਹੋ ਚੁੱਕਿਆ ਹੈ, ਅਤੇ ਉਸ ਤੋਂ ਇਲਾਵਾ ਇਨ ਕੇਸ ਉਹਨਾਂ ਨੂੰ ਹੋਰ ਵੀਲਚੇਅਰ ਜਾਂ ਵਲੰਟੀਅਰਸ ਜਾਂ ਕੋਈ ਪਿਕ ਐਂਡ ਡਰੋਪ ਫੈਸਿਲਿਟੀਜ਼ ਚਾਹੀਦਾ ਹੈ, ਉਹ ਇਮੀਡੀਏਟਲੀ ਸਾਨੂੰ ਸਾਕਸ਼ਮ ਐਪ ਰਾਹੀਂ ਇੰਟੀਮੇਟ ਕਰ ਸਕਦੇ ਹਾਂ, ਅਸੀਂ ਉਹਨਾਂ ਨੂੰ ਜੋ ਰਿਕੁਆਇਰਡ ਫੈਸਿਲਿਟੀਜ਼ ਚਾਹੀਦਾ ਉਹ ਅਸੀਂ ਪ੍ਰੋਵਾਈਡ ਕਰਾਂ। ਕਿਉਂਕਿ ਕਈ ਮੀਡੀਆ ਕਰਮੀ ਵੋਟ ਨਹੀਂ ਪਾ ਸਕਦੇ, ਜਾਂ ਕਈ ਵਾਰ ਜਿਵੇਂ ਡਿਊਟੀ ਲੱਗੀ ਹੁੰਦੀ ਸਰਕਾਰੀ ਮੁਲਾਜ਼ਮਾਂ ਦੇ ਲਈ ਵੀ, ਸਰਕਾਰੀ ਮੁਲਾਜ਼ਮ ਕਿਸੇ ਹੋਰ ਥਾਂ 'ਤੇ ਨੇ, ਵੋਟ ਕਿਸੇ ਹੋਰ ਥਾਂ ਦੇ ਉੱਤੇ, ਉਹਨਾਂ ਲਈ ਕੋਈ ਖਾਸ ਸਪੈਸ਼ਲ ਅਰੇਂਜਮੈਂਟ ਜਾਂ ਉਹਨਾਂ ਉਹ ਕਿਸ ਤਰੀਕੇ ਨਾਲ ਵੋਟ ਪਾ ਸਕਣਗੇ? ਮੀਡੀਆ ਪਰਸਨ ਇਸ ਵਾਰ ਕਮਿਸ਼ਨ ਨੇ ਇੱਕ ਸਪੈਸ਼ਲ ਉਪਰਾਲਾ ਕੀਤਾ ਹੈ ਕਿ ਉਹਨਾਂ ਨੇ ਇੱਕ ਐਸੈਂਸ਼ੀਅਲ ਸਰਵਿਸ ਦੇ ਵਿੱਚ ਇੰਕਲੂਡ ਕੀਤਾ ਹੈ, ਤਾਂ ਇਸ ਕਰਕੇ ਮੀਡੀਆ ਕਰਮਚਾਰੀ ਪੋਸਟਲ ਬੈਲਟ ਵਾਸਤੇ ਐਪਲੀਕੇਸ਼ਨ ਦੇ ਸਕਦੇ ਅਤੇ ਉਹ ਕੰਸਰਨਡ ਜਗ੍ਹਾ 'ਤੇ ਜਾ ਕੇ ਵੋਟ ਕਰ ਸਕਦੇ ਹੈ। ਔਰ ਇਸ ਦੇ ਨਾਲ ਨਾਲ, ਕਿਉਂਕਿ ਹੁਣ ਅਖੀਰਲੇ 12 ਘੰਟੇ ਨੇ, ਹੁਣ ਤੱਕ ਕੀ ਕੁਛ ਸ਼ਿਕਾਇਤਾਂ ਤੁਹਾਡੇ ਕੋਲ ਆਈਆਂ ਨੇ, ਕੀ ਕੁਛ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ, ਕੀ ਕੁਛ ਤੁਹਾਡੇ ਵੱਲੋਂ ਐਕਸ਼ਨ ਲਿੱਤੇ ਗਏ ਨੇ, ਹੁਣ ਤੱਕ ਦਾ ਪੂਰਾ ਡਾਟਾ ਦੇਖਿਆ ਜਾਵੇ, ਕਿੰਨਾ ਡਰੱਗਸ ਫੜਿਆ ਗਿਆ, ਕਿੰਨੀ ਸ਼ਰਾਬ, ਜਾਂ ਕਿੰਨੇ ਲੋਕਾਂ ਦੇ ਉੱਤੇ ਕੋਈ ਐਕਸ਼ਨ ਜਿਹੜਾ ਉਹ ਲਿੱਤਾ ਗਿਆ ਜਿਨ੍ਹਾਂ ਨੇ ਵਾਇਲੈਂਸ ਕੀਤੀ ਹੈ? ਦੇਖੋ, ਸਾਡੇ ਕੋਲ ਕੰਪਲੇਂਟ ਵੱਖਰੇ ਵੱਖਰੇ ਤਰੀਕੇ ਨਾਲ ਆਉਂਦੀ ਹੈ, ਇੱਕ ਤਾਂ ਹੈ CVG ਕੰਪਲੇਂਟ ਆਉਂਦੀ ਹੈ MCC ਵਾਇਲੇਸ਼ਨ ਦਾ, ਉਸ ਤੋਂ ਇਲਾਵਾ NGSB ਪੋਰਟਲ ਹੈ ਸਾਡੀ, ਫਿਰ ਉਸ ਤੋਂ ਇਲਾਵਾ ਫਿਜ਼ੀਕਲੀ ਵੀ ਆਉਂਦੀ ਹੈ, ਈਮੇਲ ਰਾਹੀਂ ਵੀ ਆਉਂਦੀ ਹੈ, ਅਪਰੋਕਸੀਮੇਟਲੀ 15,000 ਜੋ ਹੈ ਕੰਪਲੇਂਟ ਆਲਰੇਡੀ ਆ ਚੁੱਕੀ ਹੈ, ਅਸੀਂ ਆਲਰੇਡੀ ਉਹਦੇ ਵਿੱਚ ਕਾਰਵਾਈ ਕਰ ਚੁੱਕੇ, ਅਤੇ ਜੋ ਵੀ ਜਦੋਂ ਵੀ ਕਾਰਵਾਈ ਆਉਂਦੀ ਹੈ CVG ਦੇ ਵਿੱਚ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਕਰਨਾ ਪੈਂਦਾ, ਅਤੇ ਅਸੀਂ ਇਮੀਡੀਏਟਲੀ ਕਾਰਵਾਈ ਕਰ ਰਹੇ, ਔਰ ਕਈ ਜਗ੍ਹਾ 'ਤੇ FIR ਸਾਨੂੰ ਦਰਜ ਕਰਨਾ ਪੈਂਦਾ, ਕਈ ਕਰਪਟ ਪ੍ਰੈਕਟਿਸ ਹੁੰਦੀ ਹੈ, ਕਈ MCC ਸਿਰਫ ਵਾਇਲੇਸ਼ਨ ਹੁੰਦੀ ਹੈ, ਤਾਂ ਉਹਦੇ ਵਿੱਚ ਜੋ ਕੰਸਰਨਡ ਰਿਕੁਆਇਰਡ ਐਕਸ਼ਨ ਹੈ ਉਹ ਅਸੀਂ ਲੈ ਰਹੇ ਹਾਂ। ਦੂਸਰਾ ਵੀ, ਕਿਉਂਕਿ ਕਈ ਥਾਵਾਂ 'ਤੇ ਉਮੀਦਵਾਰਾਂ ਦੀ ਵੋਟ ਨਹੀਂ ਹੈ, ਉਹ ਲੇਕਿਨ ਉੱਥੋਂ ਇਲੈਕਸ਼ਨ ਲੜ ਰਹੇ ਆ, ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਰਾਜਾ ਵੜਿੰਗ ਨੇ, ਕਿਉਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਿਆ, ਤਾਂ ਕੀ ਕੈਂਡੀਡੇਟ ਉੱਥੇ ਰੁਕ ਸਕਦਾ ਹੈ ਜਿੱਥੋਂ ਉਹ ਇਲੈਕਸ਼ਨ ਲੜ ਰਿਹਾ, ਔਰ ਕੀ ਉਹ ਇਕੱਲਾ ਰੁਕ ਸਕਦਾ ਹੈ ਜਾਂ ਉਹਦੇ ਨਾਲ ਕੁਛ ਲੋਕ ਹੋਰ ਰੁਕ ਸਕਦੇ ਨੇ, ਕੀ ਇਹਦਾ ਕੀ ਕ੍ਰਾਈਟੀਰੀਆ ਹੁੰਦਾ?
ਦੇਖੋ ਕੈਂਡੀਡੇਟ ਆਪਣੇ ਪਾਰਲੀਮੈਂਟਰੀ ਕੌਂਸਟੀਚੁਐਂਸੀ ਦੇ ਵਿੱਚ ਰੁਕ ਸਕਦਾ ਹੈ, ਉਸ ਤੋਂ ਇਲਾਵਾ ਹੋਰ ਵੀ ਹੋਰ ਕੋਈ ਨਹੀਂ ਰੁਕ ਸਕਦਾ ਜੋ ਦੇ ਆਰ ਨੋਟ ਇਫ ਦੇ ਆਰ ਨੋਟ ਵੋਟਰਸ ਇਨ ਦ ਪਰਟੀਕੁਲਰ ਪਾਰਲੀਮੈਂਟ। ਉਹਨਾਂ ਦੀ ਪਤਨੀ, ਰਿਸ਼ਤੇਦਾਰ ਜਾਂ ਦੋਸਤ ਉਹ ਰੁਕ ਸਕਦੇ ਨੇ, ਪਤਨੀ ਰੁਕ ਸਕਦੀ ਹੈ? ਓਨਲੀ ਕੈਂਡੀਡੇਟ ਵਾਸਤੇ ਹੀ ਐਕਸੈਂਪਸ਼ਨ ਹੈ, ਉਹ ਰੁਕ ਸਕਦਾ ਹੈ। ਤੇ ਉਸ ਤੋਂ ਇਲਾਵਾ ਜੋ ਉਸ ਏਰੀਆ ਦੀ ਜੋ ਡਿਸਟ੍ਰਿਕਟ ਪ੍ਰੈਸੀਡੈਂਟ ਵਗੈਰਾ ਜੋ ਵੋਟਰਸ ਨੋਰਮਲੀ ਹੁੰਦੇ ਉਸੀ ਉਹ ਤੋਂ ਰੁਕ ਸਕਦਾ ਹੈ, ਉਸ ਤੋਂ ਇਲਾਵਾ ਕੋਈ ਰੁਕ ਨਾ ਕੋਈ ਪ੍ਰੋਵਿਸ਼ਨ ਨਹੀਂ ਹੈ। ਤੇ ਜੋ ਇਨ ਕੇਸ ਉਹ ਅਗਲੇ ਜਗ੍ਹਾ ਮਤਲਬ ਹੋਰ ਕਿਸੇ ਪਾਰਲੀਮੈਂਟਰੀ ਕੌਂਸਟੀਚੁਐਂਸੀ ਦੇ ਵਿੱਚ ਵੋਟਰ ਹੈ ਤਾਂ ਉਹਨਾਂ ਨੂੰ ਫਿਰ ਉੱਥੇ ਜਾ ਕੇ ਉਹਨਾਂ ਦੀ ਵੋਟ ਵੀ ਕਰਨੀ ਪੈਂਦੀ ਹੈ। ਕਈ ਥਾਵਾਂ ਤੇ ਮਹਿਲਾਵਾਂ ਲਈ ਸਪੈਸ਼ਲ ਬੂਥ ਲਗਾਏ ਜਾਂਦੇ, ਪਿੰਕ ਬੂਥ ਹੁੰਦੇ ਨੇ, ਉਹ ਕਿੰਨੇ ਕਿੰਨੇ ਇਸ ਵਾਰ ਕੀ ਅਰੇਂਜਮੈਂਟ ਉਹਨਾਂ ਲਈ? ਦੇਖੋ ਸਾਡੇ ਕੋਲ ਇਸ ਵਾਰ ਅਸੀਂ ਸਪੈਸ਼ਲ ਕੋਸ਼ਿਸ਼ ਕੀਤਾ ਹੈ ਕਿ ਜੋ ਪੋਲਿੰਗ ਸਟੇਸ਼ਨ ਦੀ ਫੈਸਿਲਿਟੀਜ਼ ਵਧਾਇਆ ਜਾਵੇ। ਅਪਰੋਕਸੀਮੇਟਲੀ ਸਾਡੇ ਕੋਲ 1000 ਦੇ ਆਸ ਪਾਸ ਮਾਡਲ ਪੋਲਿੰਗ ਸਟੇਸ਼ਨਸ ਹੈ, 700 ਦੇ ਆਸ ਪਾਸ ਪਿੰਕ ਪੋਲਿੰਗ ਸਟੇਸ਼ਨਸ ਹੈ, ਜੋ ਓਲਡ ਵੂਮਨ ਪੋਲਿੰਗ ਸਟੇਸ਼ਨ ਹੈ, PWD ਪੋਲਿੰਗ ਸਟੇਸ਼ਨਸ ਵੀ ਹੈ 150 ਦੇ ਆਸ ਪਾਸ, ਅਤੇ ਕਾਫੀ ਇਸ ਤਰ੍ਹਾਂ ਦੀ ਵਰਾਇਟੀਜ਼ ਹੈ, ਯੂਥ ਮੈਨੇਜ ਪੋਲਿੰਗ ਸਟੇਸ਼ਨਸ ਵੀ ਹੈ, ਗ੍ਰੀਨ ਪੋਲਿੰਗ ਸਟੇਸ਼ਨਸ ਹੈ। ਤਾਂ ਇਹ ਹਰੇਕ DCs ਨੇ ਆਪਣੇ ਆਪਣੇ ਲੈਵਲ 'ਤੇ ਫੈਸਲਾ ਕਰਕੇ ਕੁਛ ਇਨੀਸ਼ੀਏਟਿਵ ਇਨੋਵੇਸ਼ਨ ਆਪਣੇ ਪੋਲਿੰਗ ਸਟੇਸ਼ਨ 'ਤੇ ਕੀਤੀ ਹੈ, ਲੋਕਾਂ ਨੂੰ ਅਟਰੈਕਟ ਕਰਨ ਵਾਸਤੇ, ਵੋਟਰਸ ਨੂੰ ਅਟਰੈਕਟ ਕਰਨ ਵਾਸਤੇ ਹੈ। ਤਾਂ ਸਾਡੀ ਕੋਸ਼ਿਸ਼ ਇਹੀ ਹੈ ਕਿ ਇਸ ਵਾਰ ਸਭ ਤੋਂ ਵੱਧ ਵੋਟਿੰਗ ਪਰਸੈਂਟੇਜ ਹੋ ਜਾਏ, ਸਾਡੀ ਟਾਰਗੇਟ ਹੈ ਕਿ 70 ਪਾਰ ਕੀਤਾ ਜਾਵੇ। ਕੋਈ ਐਵਰੇਜ ਹੈ ਕਿ ਜਿਹੜੇ ਵੋਟਰ ਨੇ ਉਹ ਜ਼ਿਆਦਾ ਕਿਸ ਉਮਰ ਦੇ ਨੇ, ਕਿ ਉਹ 18 ਤੋਂ 35 ਸਾਲ ਦੇ ਜ਼ਿਆਦਾ ਵੋਟਰ ਨੇ ਜਾਂ 35 ਤੋਂ 70 ਸਾਲ ਦੇ ਜ਼ਿਆਦਾ ਵੋਟਰ ਨੇ, ਕੋਈ ਇਸ ਤਰੀਕੇ ਦੇ ਵੀ ਡਾਟਾ ਹੈ? ਸਾਡੀ ਜੋ ਟੋਟਲ ਵੋਟਰਸ ਹੈ ਅਪਰੋਕਸੀਮੇਟਲੀ 18-19 ਜੋ ਨਵੀਂ ਵੋਟਰਸ ਹੈ ਉਹ ਅਪਰੋਕਸੀਮੇਟਲੀ 5,88,000 ਹੈ, ਤੇ 85 ਪਲੱਸ ਵੋਟਰਸ ਹੈ ਅਪਰੋਕਸੀਮੇਟਲੀ 2,00,000 ਹੈ। ਅੱਛਾ, ਇਹ ਤੁਸੀਂ ਦਿਖਾ ਵੀ ਰਹੇ ਸੀਗੇ, ਇਹ ਸਾਰੀ ਮੋਨੀਟਰਿੰਗ ਹੈ ਪੂਰੇ ਪੰਜਾਬ ਦੇ ਵਿੱਚ, ਜਿੱਥੇ ਕਈ ਥਾਵਾਂ 'ਤੇ ਵੈਨ ਹੁੰਦੀਆਂ ਨੇ, ਉਹ ਵੈਨ ਨੇ ਜਿਹੜੀਆਂ ਇਕੱਲੇ ਇਕੱਲੇ ਪਿੰਡਾਂ 'ਚ ਸ਼ਹਿਰਾਂ 'ਚ ਜਾ ਕੇ ਨਜ਼ਰ ਰੱਖੀ ਹੋਈ ਹੈ, ਔਰ ਇਹ ਕਿੰਨੇ ਕੈਮਰੇ ਨੇ, ਕਿਸ ਤਰੀਕੇ ਨਾਲ ਨਜ਼ਰ ਜਿਹੜੀ ਉਹ ਹੁਣ ਤੱਕ ਰੱਖੀ ਹੋਈ? ਇਹ ਫਲਾਇੰਗ ਸਕੁਆਡ ਵਹੀਕਲਸ ਦੀ ਕੈਮਰਾ ਹੈ, ਇਹ PTZ ਕੈਮਰਾ ਅਸੀਂ ਹਰੇਕ ਫਲਾਇੰਗ ਸਕੁਆਡ ਵਹੀਕਲਸ 'ਤੇ ਲਗਾਏ ਹੋਏ, ਅਤੇ ਇਹਦੇ ਵਿੱਚ ਇਹ ਫਲਾਇੰਗ ਵਹੀਕਲਸ ਘੁੰਮਦੇ ਰਹਿੰਦੇ 24/7। ਜਿਵੇਂ ਗੁਰਦਾਸਪੁਰ ਹੈ, ਨਾਲ ਹੀ ਦੂਜੇ ਏਰੀਏ ਨੇ ਵੱਖੋ ਵੱਖ, ਪੂਰੇ ਪੂਰੇ ਪੰਜਾਬ 'ਚ ਇਸੇ ਤਰੀਕੇ ਨਾਲ ਇਹ ਇਹ ਜਿਹੜੀਆਂ ਵੈਬਕਾਸਟਿੰਗ ਦਾ ਹੈ, ਵੈਬਕਾਸਟਿੰਗ ਅਸੀਂ ਕੱਲ੍ਹ ਤੋਂ ਸ਼ੁਰੂ ਕਰਾਂਗੇ, ਤਾਂ ਇਮੀਡੀਏਟਲੀ ਜੋ ਵੀ ਪੋਲਿੰਗ ਸਟੇਸ਼ਨ 'ਤੇ ਜੋ ਕਾਰਵਾਈ ਹੁੰਦੀ ਹੈ ਉਹ ਅਸੀਂ ਇੱਥੇ, ਇਹ ਜਿੱਥੇ ਵੋਟਾਂ ਪੈਣੀਆਂ ਉਹ ਜਗ੍ਹਾ ਨੇ, ਇੱਥੇ ਵੋਟਾਂ ਪੈਣੀਆਂ, ਇੱਥੇ ਮਸ਼ੀਨਾਂ ਹੋਣਗੀਆਂ, ਔਰ ਇੱਥੇ ਨਜ਼ਰ ਰੱਖੀਏ ਕੋਈ ਗੜਬੜੀ ਕੈਂਡੀਡੇਟ ਜਾਂ ਕੋਈ ਕਾਰਜਕਰਤਾ ਨਾ ਕਰੇ। ਇਹ ਬਿਲਕੁਲ ਸਾਡੀ ਵੈਬਕਾਸਟਿੰਗ ਦਾ ਹੈ, ਇਹ ਫਲਾਇੰਗ ਸਕੁਆਡ ਹੈ, ਇਹ ਅਪਰੋਕਸੀਮੇਟਲੀ 351 ਵਹੀਕਲਸ ਹੈ ਸਾਡੀ ਫਲਾਇੰਗ, ਇਹ ਵੈਬਕਾਸਟਿੰਗ ਜੋ ਹੈ ਉਹ 24,451 ਪੋਲਿੰਗ ਸਟੇਸ਼ਨ ਹੈ, ਉਹਦੇ ਵਿੱਚ 100% ਅਸੀਂ ਵੈਬਕਾਸਟਿੰਗ ਕਰ ਰਹੇ ਹਾਂ। ਟੋਟਲ ਕਿੰਨੇ ਕੁ ਕੈਮਰੇ ਜਾਂ ਹਰੇਕ ਪੋਲਿੰਗ ਬੂਥ 'ਤੇ ਇਸ ਤਰੀਕੇ ਨਾਲ ਜਿਹੜਾ ਵੈ ਵੀਡੀਓ ਨਜ਼ਰ ਰੱਖੀ ਜਾਏਗੀ, ਕੈਮਰੇ ਲਗਾਏ ਗਏ ਨੇ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਅਸੀਂ ਲਗਾਇਆ ਹੈ, ਤੇ ਕੁਛ ਪੋਲਿੰਗ ਸਟੇਸ਼ਨ ਦੇ ਬਾਹਰ ਵੀ ਅਸੀਂ ਲਗਾਇਆ ਹੈ, ਕਿਉਂਕਿ 3 ਤੋਂ ਵੱਧ ਵਾਲੀ ਪੋਲਿੰਗ ਸਟੇਸ਼ਨ ਤੋਂ ਬਾਹਰ ਜੋ ਹੈ ਉਹ ਵੀ ਅਸੀਂ ਲਗਾਇਆ, ਤਾਂ ਕਿ ਬਾਹਰ ਦਾ ਵੀ ਵਿਊ ਸਾਡੇ ਕੋਲ ਆ ਜਾਵੇ। ਅਮੂਮਨ ਇੱਕ ਹੁੰਦਾ ਹੈ ਕਿ ਇਸ ਤੋਂ ਜ਼ਿਆਦਾ ਪੈਸੇ ਕੈਂਡੀਡੇਟ ਨਹੀਂ ਖਰਚ ਕਰ ਸਕਦੇ, ਹੁੰਦਾ ਕਿੰਨੇ ਹੁੰਦੇ ਆ, ਔਰ ਕੀ ਉਸ ਤੋਂ ਵੱਧ ਕਿਸੇ ਨੇ ਖਰਚ ਕੀਤੇ ਜਾਂ ਕਿਤੇ ਕੋਈ ਮਸਲਾ ਆਇਆ? ਦੇਖੋ ਐਕਸਪੈਂਡੀਚਰ ਵਾਸਤੇ ਸੀਲਿੰਗ ਹੈ 95,00,000 ਇਨ ਪਾਰਲੀਮੈਂਟਰੀ ਕੌਂਸਟੀਚੁਐਂਸੀ, ਪਾਰਲੀਮੈਂਟਰੀ ਇਲੈਕਸ਼ਨਸ, ਤੋਂ 95,00,000 ਦਾ ਜੋ ਸੀਲਿੰਗ ਹੈ, ਹੁਣ ਐਕਸਪੈਂਡੀਚਰ ਦੀ ਸਾਰੇ ਰੀਕਨਸਲੇਸ਼ਨ ਹੋ ਗਈ, ਉਹ ਇੱਕ ਮਹੀਨੇ ਬਾਅਦ ਪੋਲਿੰਗ ਤੋਂ ਇੱਕ ਮਹੀਨੇ ਬਾਅਦ ਹੀ ਸਾਡੇ ਕੋਲ ਸਾਰੀ ਡਿਟੇਲ ਆਏਗਾ, ਇਨ ਕੇਸ ਕੋਈ ਕ੍ਰੋਸ ਹੋ ਜਾਂਦੀ ਹੈ ਉਹ ਫਿਰ ਡਿਸਕੁਆਲੀਫਾਈ ਹੋ ਜਾਂਦੀ ਹੈ ਅੰਡਰ ਰਿਪ੍ਰੈਜੈਂਟੇਸ਼ਨ ਆਫ ਪੀਪਲਸ ਐਕਟ। ਤੋਂ ਹੁਣ ਅਸੀਂ ਉਹਦੀ ਐਕਸਪੈਂਡੀਚਰ ਦਾ ਪੂਰਾ ਮੋਨੀਟਰਿੰਗ ਕਰ ਰਹੇ, ਕਾਊਂਟਿੰਗ ਤੱਕ ਉਹ ਮੋਨੀਟਰਿੰਗ ਚੱਲੇਗੀ, ਅਤੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਰੀਕਨਸਲ ਕਰਾਂਗੇ ਕੈਂਡੀਡੇਟ ਵਾਈਜ਼,
ਫਿਰ ਰਿਪੋਰਟ ਕਮਿਸ਼ਨ ਨੂੰ ਜਾਂਦੀ ਹੈ। ਹੁਣ ਟੋਟਲ ਕਿੰਨੇ ਇਸ ਵਾਰ ਕੈਂਡੀਡੇਟ ਜਿਹੜੇ ਕੱਲ ਇਲੈਕਸ਼ਨ ਲੜ ਰਹੇ? 328 ਕੈਂਡੀਡੇਟਸ ਹੈ, ਸਭ ਤੋਂ ਜ਼ਿਆਦਾ ਲੁਧਿਆਣਾ ਤੋਂ ਹੈ 43 ਕੈਂਡੀਡੇਟ, ਔਰ ਸਭ ਤੋਂ ਘੱਟ ਫਤਿਹਗੜ੍ਹ ਸਾਹਿਬ ਤੋਂ ਹੈ 14 ਕੈਂਡੀਡੇਟ, ਅਤੇ ਬਾਕੀ ਸਾਰੇ ਆਲਮੋਸਟ ਅਪਰੋਕਸੀਮੇਟਲੀ 20 ਤੋਂ 30 ਦੇ ਵਿਚਕਾਰ। ਇੱਕ ਇਹ ਵੀ ਸਵਾਲ ਉੱਠ ਰਿਹਾ, ਅੰਮ੍ਰਿਤਪਾਲ ਕੈਮਰਾ ਇਸ ਤਰੀਕੇ ਜੇ ਤੁਸੀਂ ਇੱਧਰ ਦੇਖ ਸਕੋ, ਅੰਮ੍ਰਿਤਪਾਲ ਇਲੈਕਸ਼ਨ ਲੜ ਰਿਹਾ ਲੇਕਿਨ ਉਹ ਜੇਲ੍ਹ ਦੇ ਵਿੱਚ ਬੰਦ ਹੈ, ਅੰਮ੍ਰਿਤਪਾਲ ਆ ਕੇ ਆਪਣੀ ਵੋਟ ਪਾ ਸਕਦਾ, ਵੋਟ ਪਾ ਸਕਦਾ ਜਾਂ ਆ ਸਕਦਾ ਉੱਥੇ ਜਾਂ ਉਹ ਜੇਲ੍ਹ 'ਚ ਉਹਨੂੰ ਰਹਿਣਾ ਹੋਏਗਾ? ਨਹੀਂ ਦੇਖੋ, ਵੋਟਿੰਗ ਵਾਸਤੇ ਤੋਂ ਕਲੀਅਰ ਕੱਟ ਇੰਸਟਰਕਸ਼ਨ ਹੈ, ਓਨਲੀ ਜੋ ਜਿਨ੍ਹਾਂ ਦੀ ਪ੍ਰੀਵੈਂਟਿਵ ਡਿਟੈਂਸ਼ਨ ਤੇ ਹੈ ਉਹ ਵੀ ਉਹੀ ਵੋਟ ਕਰ ਪਾਏਗਾ, ਅਦਰਵਾਈਜ਼ ਕੋਈ ਵੀ ਅਰੈਸਟ ਦੇ ਡਿਟੇਨ ਕੀਤੀ ਹੋਈ ਹੈ ਉਹਨਾਂ ਨੂੰ ਨਹੀਂ, ਯਾਨੀ ਅੰਮ੍ਰਿਤਪਾਲ ਵੋਟ ਨਹੀਂ ਕਰ ਸਕਦਾ? ਨਹੀਂ ਕਰ ਪਾਇਆ। ਲੇਕਿਨ ਅਗਰ ਉਹ ਜਿੱਤਦਾ ਤਾਂ ਫਿਰ ਉਸ ਦੇ ਉੱਤੇ ਕੋਈ ਉਸ ਕੇਸ ਦੇ ਉੱਤੇ ਕੋਈ ਅਸਰ ਪੈਂਦਾ ਜੇ ਬਾਈ ਚਾਂਸ ਅੰਮ੍ਰਿਤਪਾਲ ਜਿੱਤ ਜਾਂਦਾ? ਕੋਈ ਅਸਰ ਨਹੀਂ ਪੈਂਦਾ, ਕੋਈ ਅਸਰ ਨਹੀਂ ਪੈਂਦਾ। ਤਾਂ ਇਹ ਨਜ਼ਰ ਜਿਹੜੀ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਪੂਰੀ ਰੱਖੀ ਗਈ ਹੈ, ਕਿਸ ਤਰੀਕੇ ਦੀ ਤਿਆਰੀ ਹੈ, ਕਿਸ ਤਰੀਕੇ ਨਾਲ ਚੱਪੇ ਚੱਪੇ ਤੇ ਕੈਮਰੇ ਜਿਹੜੇ ਨੇ ਉਹ ਲੱਗੇ ਨੇ, ਔਰ ਪੂਰੀ ਮੋਨੀਟਰਿੰਗ ਟੀਮ, ਮੋਨੀਟਰਿੰਗ ਸੈੱਲ, ਔਰ ਨਾਲ ਹੀ ਨਾਲ ਜਿਹੜੇ ਲੈਪਟੋਪ ਦੇ ਜ਼ਰੀਏ ਤਮਾਮ ਕੈਮਰੇ ਜਿਹੜੇ ਉਹ ਲੱਗੇ ਹੋਏ ਨੇ ਵੱਖ ਵੱਖ ਥਾਵਾਂ ਦੇ ਉੱਤੇ, ਉੱਥੇ ਨਜ਼ਰ ਰੱਖੀ ਜਾ ਰਹੀ ਹੈ ਕਿ ਅਗਰ ਕਿਤੇ ਕੋਈ ਗੜਬੜੀ ਕਰਦਾ ਤਾਂ ਫਿਰ ਉਸਦੇ ਉੱਤੇ ਐਕਸ਼ਨ ਜਿਹੜਾ ਉਹ ਹੋਏਗਾ। ਔਰ ਹੁਣ ਕੱਲ੍ਹ ਸਵੇਰੇ 7 ਵਜੇ ਤੋਂ ਲੈ ਕੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਵੋਟਿੰਗ ਹੋਏਗੀ, ਔਰ 6 ਵਜੇ ਗੇਟ ਬੰਦ ਹੋ ਜਾਣਗੇ ਜਾਂ 6 ਵਜੇ ਪੂਰੀ ਤਰੀਕੇ ਨਾਲ? 6 ਵਜੇ ਜੋ ਵੀ ਖਦਾਰ ਦੇ ਵਿੱਚ ਜਾਂ ਜੋ ਲਾਈਨ 'ਚ ਖੜਾ ਰਹੇਗਾ ਉਹਨਾਂ ਨੂੰ ਵੋਟਿੰਗ ਕਰਨ ਦੀ ਮਤਲਬ ਫੈਸਿਲਿਟੀ ਮਿਲ ਜਾਏਗੀ, ਇਨ ਕੇਸ 6 ਵਜੇ ਤੋਂ ਬਾਅਦ ਲਾਈਨ ਦੇ ਵਿੱਚ ਖੜੇ ਹੋ ਜਾਂਦੇ ਉਹਨਾਂ ਨੂੰ ਨਹੀਂ ਮਿਲੇਗੀ। ਠੀਕ ਹੈ, ਤਾਂ ਇਹ ਪੂਰੀ ਤਿਆਰੀ ਕਿਸ ਤਰੀਕੇ ਦੀ ਹੈ ਔਰ ਕਿਵੇਂ ਨਜ਼ਰ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਰੱਖੀ ਹੈ? ਨਿਊਜ਼ 18 ਦੇ ਨਾਲ ਖਾਸ ਗੱਲਬਾਤ ਜਿਹੜੀ ਹੈ ਮੁੱਖ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ C7 ਕਰ ਰਹੇ ਸੀ, ਔਰ ਨਾਲ ਦੀ ਨਾਲ ਪੂਰਾ ਕੰਟਰੋਲ ਰੂਮ ਦਿਖਾਇਆ ਕਿ ਕਿਸ ਤਰੀਕੇ ਦਾ ਮਾਹੌਲ ਜਿਹੜਾ ਵਾ ਉਹ ਇਸ ਵੇਲੇ ਪੰਜਾਬ ਦੇ ਵੱਖੋ ਵੱਖ ਥਾਵਾਂ ਦੇ ਉੱਤੇ ਹੈ, ਔਰ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੈ ਉਹ ਨਜ਼ਰ ਹੈ। ਆਪਣੇ ਸਹਿਯੋਗੀ ਸਨਮ ਦੇ ਨਾਲ ਪੰਕਜ ਪਾਈ, ਨਿਊਜ਼ 18 ਚੰਡੀਗੜ੍ਹ।